ਮੈਂ ਸ਼ੁਕਰਗੁਜ਼ਾਰ ਹਾਂ ਆਪਣੀ ਸਰਕਾਰ ਦਾ, ਮਾਨ ਸਾਹਿਬ ਦਾ, ਜੋ ਉਹਨਾਂ ਨੇ ਬਹੁਤ ਹੀ ਮਾਸਟਰ ਸਟ੍ਰੋਕ ਕਹੀਏ, ਜੋ ਕਿ ਸਾਡੇ ਤੇ ਬਹੁਤ ਦੇਰ ਦੀਆਂ ਉਂਗਲਾਂ ਉੱਠੀਆਂ ਸੀਗੀਆਂ ਐਨ ਓ ਸੀ ਨੂੰ ਲੈ ਕੇ, ਇਹ ਉਹਨਾਂ ਵੱਲੋਂ ਖੇਡਿਆ ਗਿਆ ਮਾਸਟਰ ਸਟ੍ਰੋਕ ਆ, ਜਿਸ ਨਾਲ ਆਮ ਬੰਦੇ ਨੂੰ ਬਹੁਤ ਜ਼ਿਆਦਾ ਰਾਹਤ ਮਿਲੂਗੀ। ਜਿੱਥੇ ਆਮ ਬੰਦੇ ਖੱਜਲ ਖੁਆਰ ਹੁੰਦੇ, ਕਚਹਿਰੀ ਦੇ ਵਿੱਚ ਜਾ ਕੇ, ਤਹਿਸੀਲ ਦੇ ਵਿੱਚ ਜਾ ਕੇ, ਜਿੱਥੇ ਉਹਨੇ ਐਨ ਓ ਸੀਆਂ ਦੇ ਕਰਕੇ ਰਜਿਸਟਰੀਆਂ ਨਹੀਂ ਹੋ ਰਹੀਆਂ, ਉਹਨਾਂ ਨੇ ਕਿਸੇ ਨੇ ਆਪਣੇ ਬੱਚੇ ਨੂੰ ਬਾਹਰ ਭੇਜਣਾ ਸੀ ਜਾਂ ਕੋਈ ਹੋਰ ਇੱਦਾਂ ਦੇ ਕੋਈ ਖਰਚੇ ਸੀਗੇ, ਉਹਨਾਂ ਦੇ ਕੰਮ ਰੁਕੇ ਪਏ ਸੀ। ਅਤੇ ਸਾਨੂੰ ਐਨ ਓ ਸੀ ਕਰਕੇ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਸੀ, ਲੋਕ ਸਾਨੂੰ ਆ ਕੇ ਸਵਾਲ ਕਰਦੇ ਨੇ, ਤਾਂ ਸਾਨੂੰ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਅਤੇ ਇਹ ਮਾਨ ਸਾਹਿਬ ਦਾ, ਪੰਜਾਬ ਸਰਕਾਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਹ ਮਾਸਟਰ ਸਟ੍ਰੋਕ ਖੇਲਿਆ ਵਾ ਅਤੇ ਆਮ ਲੋਕਾਂ ਨੂੰ ਰਾਹਤ ਦਿੱਤੀ ਆ। ਦੇਖਿਆ ਜਾਵੇ ਉੱਥੇ ਪੰਜਾਬ ਦੇ ਵਿੱਚ ਮਾਰਕੀਟ ਵਿੱਚ ਵੀ ਪੈਸੇ ਆਉਣ ਦੀ ਕੋਈ ਲੱਗਦਾ ਵੀ ਤੁਹਾਨੂੰ ਇਸ ਤਰ੍ਹਾਂ ਕਾਰੋਬਾਰ ਚਾਲੂ ਹੋ ਜਾਣਗੇ? ਹਾਂਜੀ ਬਿਲਕੁਲ, ਦੇਖੋ ਚਾਹੇ ਕੋਈ ਦੁਕਾਨਦਾਰ ਆ, ਚਾਹੇ ਕੋਈ ਪ੍ਰੋਪਰਟੀ ਵਾਲਾ ਵਾ, ਜਾਂ ਕੋਈ ਆਮ ਇਨਸਾਨ ਆ, ਹਰ ਕੋਈ ਪ੍ਰੋਪਰਟੀ ਦੇ ਨਾਲ ਜੁੜਿਆ ਹੋਇਆ ਵਾ। ਅਤੇ ਕਹਿ ਲਓ ਵੀ ਸਾਲ ਦੇ ਵਿੱਚ ਇੱਕ ਅੱਧਾ ਸੌਦਾ ਤਾਂ ਆਮ ਦੁਕਾਨਦਾਰ ਵੀ ਕਰਵਾ ਦਿੰਦਾ ਸੀ, ਜਿਸ ਨਾਲ ਉਹਨੂੰ 50,000 ਲੱਖ ਰੁਪਏ ਇਨਕਮ ਹੋ ਜਾਂਦੀ ਸੀ, ਜੋ ਕਿ ਉਹਨਾਂ ਦੀ ਬਿਲਕੁਲ ਬੰਦ ਹੋ ਚੁੱਕੀ ਸੀ। ਇਸ ਦੇ ਨਾਲ ਜਿਹੜਾ ਸਰਕਲ ਹੈ ਚੱਲੂਗਾ, ਬਾਜ਼ਾਰ ਦੇ ਵਿੱਚ ਪੈਸਾ ਆਊਗਾ, ਲੋਕਾਂ ਨੂੰ ਇਨਕਮ ਦਾ ਇੱਕ ਸਾਧਨ ਮਿਲ ਜੂਗਾ, ਜੋ ਕਿ ਕਾਫੀ ਜਦੋਂ ਬੰਦ ਹੋਇਆ ਪਿਆ ਲੱਗਦਾ ਸੀ। ਤੁਸੀਂ ਕੀ ਮੈਸੇਜ ਕਰਨਾ ਚਾਹੁੰਦੇ ਹੋ? ਮੈਂ ਦੇਖੋ ਇਹੀ ਕਹੂੰਗਾ ਵੀ ਮਾਨ ਸਰਕਾਰ ਤੇ ਵਿਸ਼ਵਾਸ ਕਰੋ ਵੀ ਉਹ ਲੋਕਾਂ ਦੇ ਲਈ ਲੱਗੇ ਆ, ਆਪਣੇ ਲਈ ਲੱਗੇ ਆ, ਆਮ ਜਨਤਾ ਲਈ ਲੱਗੇ ਆ। ਉਹਨਾਂ ਦਾ ਹਰ ਫੈਸਲਾ ਆਮ ਜਨਤਾ ਦੇ ਹੱਕ ਲਈ ਆ, ਜੋ ਕਿ ਉਹ ਉੱਥੇ ਬੈਠ ਕੇ ਜੋ ਵੀ ਉਹਨਾਂ ਕੋਲੇ ਅਸੀਂ ਪ੍ਰੋਬਲਮ ਦੱਸਦੇ ਹਾਂ ਉਹ ਦੇਖਦੇ ਨੇ, ਤੇ ਉਹਨੂੰ ਬੜੀ ਬਾਖੂਬੀ ਇੰਨੇ ਵਧੀਆ ਤਰੀਕੇ ਨਾਲ ਸੁਚੱਜੇ ਢੰਗ ਨਾਲ ਲੈ ਕੇ ਆਉਂਦੇ ਨੇ, ਤਾਂ ਕਿ ਮੁੜ ਕੇ ਉਸ ਚੀਜ਼ ਦੀ ਕਦੇ ਪਰੇਸ਼ਾਨੀ ਨਾ ਹੋਵੇ। ਮੈਂ ਲੋਕਾਂ ਨੂੰ ਇਹੀ ਕਰੂੰਗਾ ਕਿ ਸਾਡੀ ਸਰਕਾਰ ਤੇ ਵਿਸ਼ਵਾਸ ਕਰੋ, ਜੋ 5 ਸਾਲ ਤੁਸੀਂ ਦਿੱਤੇ ਆ, 5 ਸਾਲ ਬਾਅਦ ਅਸੀਂ ਤੁਹਾਨੂੰ ਇਹ ਨਹੀਂ ਕਹਾਂਗੇ ਵੀ ਅਸੀਂ ਸਾਡੇ ਨੂੰ ਵੋਟ ਪਾਓ, ਤੁਸੀਂ ਖੁਦ ਆਪਣੇ ਆਪ ਕਹੋਗੇ ਵੀ ਮਾਨ ਸਾਹਿਬ ਨੂੰ ਵੋਟ ਬਣੀ, ਆਮ ਆਦਮੀ ਪਾਰਟੀ ਸਰਕਾਰ ਨੂੰ ਵੋਟ ਬਣੀ। ਪਵਨ ਸੋਤਾ ਜੀ, ਸੋਤਾ ਜੀ ਅੱਜ ਭਗਵੰਤ ਮਾਨ ਵੱਲੋਂ ਇੱਕ ਟਵੀਟ ਕੀਤੀ ਹੋਈ ਆ, ਜਿਹਦੇ ਵਿੱਚ ਕਿਹਾ ਗਿਆ ਕਿ ਐਨ ਓ ਸੀ ਜਿਹੜੀ ਲੱਖੀ ਰਜਿਸਟਰ ਦੇ ਹਰ ਪ੍ਰਕਾਰ ਦੀ ਐਨ ਓ ਸੀ ਜਲਦੀ ਉਹਦੇ ਤੋਂ ਫੈਸਲਾ ਦਿੱਤਾ, ਉਹ ਕਿਵੇਂ ਦੇ? ਦੇਖੋ ਇਸ ਤਰ੍ਹਾਂ ਕਿ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਸੀ ਐਮ ਸਾਹਿਬ, ਇਹਨਾਂ ਨੇ ਇੱਕ ਟਵੀਟ ਪਾਈ ਆ ਐਨ ਓ ਸੀ ਦੇ ਉੱਪਰ। ਅਸੀਂ ਸਾਰੇ ਵਪਾਰੀ ਵਰਗ, ਡੀਲਰ, ਜਿੰਨੇ ਵੀ ਗਰੀਬ ਜਨਤਾ, ਉਹ ਸਾਰਾ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਦੇਖਦੇ ਨੇ ਵੀ ਜੇ ਇਹ ਚੀਜ਼ ਭਗਵੰਤ ਮਾਨ ਸਰਕਾਰ ਵਧੀਆ ਪਾਲਿਸੀ ਲਿਆਉਂਦੀ ਆ, ਐਨ ਓ ਸੀ ਖਤਮ ਕਰਦੀ ਆ, ਤਾਂ ਸਰਕਾਰ ਦਾ ਬਹੁਤ ਹੀ ਧੰਨਵਾਦ ਹੋਊਗਾ। ਇਸ ਐਨ ਓ ਸੀ ਖਤਮ ਹੋਣ ਦੇ ਕਾਰਨ ਵਪਾਰੀ ਵਰਗ 'ਚ, ਗਰੀਬ ਵਰਗ ਦੇ ਵਿੱਚ ਅਤੇ ਪ੍ਰੋਪਰਟੀ ਕਾਰੋਬਾਰੀ ਵਰਗ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੋਊਗੀ। ਅਤੇ ਅਸੀਂ ਸਾਰੇ ਵਪਾਰੀ ਵਰਗ ਅਤੇ ਸਰਕਾਰ ਜੀ ਦਾ, ਭਗਵੰਤ ਮਾਨ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ। ਜੇ ਐਨ ਓ ਸੀ ਖਤਮ ਹੁੰਦੀ ਆ ਤਾਂ ਇਹਦੇ ਵਿੱਚ ਬਹੁਤ ਹੀ ਲੋਕਾਂ ਦਾ ਭਲਾ ਹੁੰਦਾ ਵਾ, ਕਿਸੇ ਨੇ ਆਪਣਾ ਪਲਾਟ ਵੇਚ ਕੇ, ਕੋਈ ਜਗ੍ਹਾ ਵੇਚ ਕੇ ਬੱਚੇ ਨੂੰ ਬਾਹਰ ਭੇਜਣਾ ਵਾ, ਉਹ 10-10% ਦੇ ਪੈਸੇ ਲੈ ਕੇ ਬੱਚਿਆਂ ਨੂੰ ਬਾਹਰ ਭੇਜਦੇ ਨੇ। ਐਨ ਓ ਸੀ ਨਹੀਂ ਮਿਲਦੀ, 4-4 ਮਹੀਨੇ, 6-6 ਮਹੀਨੇ ਐਨ ਓ ਸੀ ਨਹੀਂ ਮਿਲਦੀ ਹੈਗੀ। ਮੈਨੂੰ ਨਹੀਂ ਲੱਗਦਾ ਵੀ ਭਗਵੰਤ ਮਾਨ ਸਰਕਾਰ ਦੇ ਗੱਲ ਇਹ ਕੰਨਾਂ ਤੱਕ ਜਾਂਦੀ ਹੋਊਗੀ, ਪਰ ਜਿਹੜੇ ਥੱਲੇ ਗਰੀਬ ਜਨਤਾ, ਆਮ ਵਪਾਰੀ ਦੀ ਲੁੱਟ ਹੋ ਰਹੀ ਆ, ਉਹ ਐਨ ਓ ਸੀ ਖਤਮ ਹੋਣ ਦੇ ਨਾਲ ਹੀ ਇਹ ਲੁੱਟ ਖਤਮ ਹੋ ਜੂਗੀ ਜੀ। ਇਹਦੇ ਵਿੱਚ ਆਮ ਬੰਦਾ ਜਿਵੇਂ ਖੱਜਲ ਖੁਆਰ ਹੁੰਦਾ ਜੀ, ਜਾ ਕੇ ਸਰਕਾਰੀ ਦਫ਼ਤਰ ਦਾ, ਉਹ ਕਿਸ ਤਰ੍ਹਾਂ ਦੇ? ਦੇਖੋ ਖੱਜਲ ਖਰਾਬੀ ਤਾਂ ਬਹੁਤ ਹੋ ਰਹੀ ਹੈ ਜੀ ਐਨ ਓ ਸੀ ਦੇ ਵਿੱਚ। ਪਹਿਲਾਂ ਵੀ ਜਿਵੇਂ ਤੁਹਾਨੂੰ ਦੱਸਿਆ ਮੈਂ ਵੀ ਆਮ ਬੰਦਾ ਇੱਕ ਜੇ 200 ਗਜ਼ ਦਾ ਜਾਂ 400 ਗਜ਼ ਦਾ ਪਲਾਟ ਵੇਚਣਾ ਹੋਵੇ, ਉਹਨੂੰ ਘੱਟੋ ਘੱਟ ਵੀ 6 ਮਹੀਨੇ ਲੱਗ ਜਾਂਦੇ ਦਫ਼ਤਰਾਂ ਦੇ ਗੇੜੇ ਮਾਰ ਮਾਰ ਕੇ ਬੰਦਾ ਹੰਭ ਜਾਂਦਾ ਜੀ, ਫਿਰ ਪੋਲੀਟੀਕਲ ਪਰੌਂਹ ਚਲਵਾਈ ਦੀ ਆ, ਤਾਂ ਜਾ ਕੇ ਕਦੇ ਕੰਮ ਹੁੰਦਾ ਜੀ। ਸੋ ਅਸੀਂ ਇਹੀ ਸਰਕਾਰ ਤੋਂ ਬੇਨਤੀ ਕਰਦੇ ਹਾਂ ਵੀ ਇਹ ਐਨ ਓ ਸੀ ਦੇ ਵਧੀਆ ਪਾਲਿਸੀ ਬਣਾਓ, ਖਤਮ ਕੀਤੀ ਜਾਵੇ ਕਿ ਪੰਜਾਬ ਇੱਕ ਵਧੀਆ ਖੁਸ਼ਹਾਲ ਪੰਜਾਬ ਬਣ ਸਕੇ। ਬਹੁਤ ਧੰਨਵਾਦ ਜੀ ਪੰਜਾਬ ਸਰਕਾਰ ਦਾ। ਮੈਨੂੰ ਮੋਗੇ ਤੋਂ ਇੱਕ ਵੀਡੀਓ ਆਈ ਹੈ, ਮੈਂ ਦਿੱਲੀ ਤੋਂ ਆਇਆ, ਆਉਂਦੇ ਆਉਂਦੇ ਮੈਨੂੰ ਇੱਕ ਵੀਡੀਓ ਆਈ ਹੈ ਕਿ ਵਿਆਹ ਹੋਇਆ ਆਨੰਦ ਕਾਰਜ ਤੋਂ, 2 ਘੰਟਿਆਂ ਬਾਅਦ ਡਿਪਟੀ ਕਮਿਸ਼ਨਰ ਨੇ ਆਪ ਜਾ ਕੇ ਮੈਰਿਜ ਸਰਟੀਫਿਕੇਟ ਦਿੱਤਾ, ਔਰ ਉਹ ਮੈਰਿਜ ਸਰਟੀਫਿਕੇਟ ਜਿਹਦੇ ਵਾਸਤੇ ਰੁੜਦੇ ਰਹਿੰਦੇ ਸੀ, ਕੌਣ ਸੀ ਗਵਾਹ, ਕਿਹਨੇ ਮੈਰਿਜ ਫਟ, ਦੋਨੇ ਮਾਂ ਪਿਓ ਕਿੱਥੇ ਨੇ,
ਚਾਚਾ ਕਿੱਥੇ ਹੈ, ਮਾਮਾ ਕਿੱਥੇ ਹੈ, ਉਦੋਂ ਤੱਕ ਵਿਆਹ ਤੋਂ ਬਾਅਦ ਬਹੁਤ ਸਾਰੀਆਂ ਲੜਾਈਆਂ ਹੋ ਜਾਂਦੀਆਂ ਸੀ। ਮਾਮਾ ਬੋਲਣ ਹੀ ਹਟ ਜਾਂਦਾ ਸੀ ਬਾਅਦ ਚ, ਮਾਮਾ ਕਹਿੰਦਾ ਮੈਂ ਨੀ ਆਉਂਦਾ, ਲੈ ਕਰਾ ਲਓ ਰਜਿਸਟ੍ਰੇਸ਼ਨ। ਸੋ ਉਦੇ ਮਾਮਾ ਆਇਆ ਹੁੰਦਾ ਸੀ, ਉਸੇ ਵਿਆਹ ਚ ਲੱਗ ਕੇ ਫਿਰ ਚਲਾ ਜਾਂਦਾ ਸੀ, ਮੈਨੂੰ ਛਾਂਪ ਨੀ ਪਾਈ ਜਾਂ ਮੈਨੂੰ ਕਰਨ ਨੀ ਪਾਇਆ। ਸੋ ਇਸ ਕਰਕੇ ਅੱਜ ਪੰਜਾਬ ਦੇ ਲੋਕਾਂ ਲਈ ਸਰਕਾਰ ਉਹਨਾਂ ਦੇ ਘਰੇ ਆਈ ਹੈ। ਫਾਇਰ ਬ੍ਰਿਗੇਡ ਦੇ ਵਿੱਚ ਕੁੜੀਆਂ ਦੀ ਭਰਤੀ ਦਾ ਕਨਸੈਪਟ ਹੀ ਹੈ ਨਹੀਂ, ਮੁੰਡਿਆਂ ਦੇ ਬਰਾਬਰ ਟੈਸਟ ਲੈਂਦੇ ਨੇ। ਟੈਸਟ ਦੇ ਵਿੱਚ ਕੀ ਹੈ, 60 ਕਿਲੋ ਦਾ ਭਾਰ ਚੱਕਣਾ, ਪਰ ਪਤਾ ਨਹੀਂ ਕਿਉਂ ਸਮਝਦੇ ਨਹੀਂ ਗਏ ਕਿ ਅੱਜ ਕੱਲ੍ਹ ਕੁੜੀਆਂ ਅਤੇ ਮੁੰਡਿਆਂ ਦੇ ਕੋਈ ਕਮੀ ਨਹੀਂ ਹੈ। ਤਾਂ ਉਹਨਾਂ ਦਾ ਜਿਹੜਾ ਅਮੈਂਡਮੈਂਟ ਹੈ ਰੂਲ ਐਂਡ ਰੈਗੂਲੇਸ਼ਨ ਦਾ, ਉਹਨਾਂ ਦੇ ਹਿਸਾਬ ਨਾਲ ਕਰ ਲਓ। ਤੋ ਕੱਲੀਆਂ ਥੋੜ੍ਹੀ ਜਾਣਗੀਆਂ ਅੱਗ ਬੁਝਾਉਣ, ਨਾਲ ਮੁੰਡੇ ਵੀ ਤਾਂ ਹੋਣਗੇ। ਸੋ ਜਿੰਨਾ ਉਹ ਹੈਲਪ ਕਰ ਸਕਣਗੀਆਂ ਨਾਲ ਦੀ ਨਾਲ ਉਹ ਕਰ ਲੈਣ। ਇਹਦਾ ਮਤਲਬ ਇਹ ਥੋੜ੍ਹੀ ਹੈ ਕਿ ਹਰ ਬੰਦਾ ਜਿਹੜਾ ਫਸਿਆ ਹੋਊਗਾ ਉੱਥੇ ਕਿਸੇ ਅਪਾਰਟਮੈਂਟ 'ਚ ਅੱਗ ਲੱਗ ਗਈ ਜਾਂ ਫੈਕਟਰੀ 'ਚ ਅੱਗ ਲਈ 60 ਕਿਲੋ ਦੀ ਹੋਊਗਾ। ਪਹਿਲਾਂ ਕੀ ਕਰਦੇ ਸੀਗੇ, ਕਲੋਨਾਈਜ਼ਰ ਸੀ, ਸਾਰਿਆਂ ਨੂੰ ਨਹੀਂ ਮੈਂ ਕਹਿੰਦਾ, ਥੋੜ੍ਹੇ ਜਿਹੇ ਸੀਗੇ ਜਿਹੜੇ ਕਲੋਨੀ ਬਣਾ ਕੇ ਕੱਟ ਕੇ ਕੋਈ ਪ੍ਰਵਾਨਗੀ ਨਹੀਂ ਲੈਂਦੇ ਸੀ, ਕਲੋਨੀ ਕੱਟ ਕੇ ਲੋਕਾਂ ਨੂੰ ਲੀਡਰਾਂ ਦੇ ਵਾਸਤੇ ਪਾ ਜਾਂਦੇ ਸੀ ਵੀ ਲਓ ਸੀਵਰੇਜ ਹੁਣ ਤੁਸੀਂ ਉੱਥੋਂ, ਲਓ ਬਿਜਲੀ ਦੇ ਮੀਟਰ ਉੱਥੋਂ। ਫੁੱਡਾ ਕੋਲੇ ਅਪਰੂਵ ਨਹੀਂ ਹੁੰਦਾ ਸੀ, ਜਾਂ ਗਮਾਂਡਾ ਕੋਲ ਜਾਂ ਗਲਾਂਡਾ ਕੋਲ। 3 ਵਾਰੀ ਰੂਲ ਚੇਂਜ ਹੋ ਚੁੱਕੇ, ਤੁਹਾਨੂੰ ਸੁਣ ਕੇ ਹੈਰਾਨੀ ਹੋਊਗੀ। 3 ਵਾਰ ਇਹ ਲਿਖਿਆ ਗਿਆ ਕਿ ਬਸ ਆਖਰੀ ਵਾਰ ਹੈ, ਉਹ ਫੇਰ ਅਗਲੇ ਸਾਲ ਬਣਾ ਲੈਂਦੇ ਨੇ ਕਲੋਨੀਆਂ। ਹੁਣ ਅਸੀਂ ਜਦੋਂ ਕਲਰ ਕੋਡਿੰਗ ਕਰਤੀ ਸਟੈਂਪ ਪੇਪਰ ਦੀ ਕਿ ਕਲੋਨੀ ਬਣਾਉਣ ਵਾਸਤੇ ਲਾਲ ਰੰਗ ਦਾ ਸਟੈਂਪ ਪੇਪਰ ਖਰੀਦਣਾ ਪਊਗਾ, ਇਹਦਾ ਮਤਲਬ ਸਟੈਂਪ ਪੇਪਰ ਉਦੋਂ ਦੇਵਾਂਗੇ ਅਸੀਂ ਉਹਨੂੰ ਜਦੋਂ ਤੱਕ ਸੀਵਰੇਜ ਤੇ ਬਿਜਲੀ ਬੋਰਡ ਦੀ ਤੇ ਫਾਇਰ ਦੀ ਤੇ ਬਾਕੀ ਸਾਰਿਆਂ ਦੀ ਪੋਲੂਸ਼ਨ ਦੀ ਕਲੀਅਰੈਂਸ ਨਹੀਂ ਹੋਣੀ। ਇਹਦਾ ਮਤਲਬ ਹੁਣ ਤੱਕ ਲੀਗਲੀ ਬਣਾਊਗਾ, ਫਿਰ ਕਾਹਦੀਆਂ ਐਨਓਸੀ ਆਉਂਦੀ। ਸੋ ਸਾਰੇ ਪੰਜਾਬ ਚੋਂ ਐਨਓਸੀ ਦਾ ਜਿੰਨਾ ਹੁਣ ਤੱਕ ਹੋਇਆ ਉਹ ਚ ਮੈਂ ਪੰਜਾਬ ਦੇ ਲੋਕਾਂ ਨੂੰ ਦੁਖੀ ਨਹੀਂ ਕਰਨਾ ਚਾਹੁੰਦਾ। ਕੁਛ ਕਲੋਨਾਈਜ਼ਰ ਫਾਇਦਾ ਕੱਟ ਕੇ ਹੋਣਗੇ, ਕੁਛ ਪੈਸੇ ਕਮਾ ਕੇ ਹੋਣਗੇ, ਜਾਂ ਅੱਜ ਖੁਸ਼ ਹੋ ਗਏ ਹੋਣਗੇ, ਚਲੋ ਆਪਣਾ ਕੰਮ ਬਣ ਗਿਆ, ਉਹ ਹੋ ਲੈਣ ਥੋੜਾ ਚਿਰ ਖੁਸ਼। ਸਾਡੇ ਬਜ਼ੁਰਗਾਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ, ਦਫ਼ਤਰਾਂ ਦੇ ਗੇੜੇ ਮਾਰ ਦਿਆਂਦੀਆਂ, ਜੁੱਤੀਆਂ ਘਸ ਗਈਆਂ, ਝਿੜਕਾਂ ਖਾਂਦਿਆਂ ਦੀਆਂ। ਸੁਰਜੀਤ ਪਾਤਰ ਜੀ ਨੇ ਲਿਖਿਆ, ਕਹਿੰਦਾ ਪਿੰਡ ਵਿੱਚ ਜਿਹਦੇ ਗੱਡੇ ਚੱਲਦੇ ਹੁਕਮ ਅਤੇ ਸਰਦਾਰੀ, ਸ਼ਹਿਰ ਚ ਆ ਕੇ ਬਣ ਜਾਂਦੇ ਨੇ ਬੱਸ ਦੀ ਇੱਕ ਸਵਾਰੀ। ਕਹਿੰਦੇ ਕਹਾਉਂਦੇ ਜ਼ਿਮੀਂਦਾਰ ਪਿੰਡ 'ਚ ਜਿਨ੍ਹਾਂ ਨੂੰ ਸਲੂਟ ਵੱਜਦੇ ਨੇ, ਸਰਦਾਰ ਸਾਹਿਬ ਕੀ ਹਾਲ ਚਾਲ ਹੈ, ਫਲਾਨਾ ਸਿੰਘ ਲੰਘਿਆ, ਉਹ ਜਦੋਂ ਕਿਤੇ ਸਰਕਾਰੀ ਦਫ਼ਤਰਾਂ 'ਚ ਆਉਂਦੇ ਨੇ ਉੱਥੇ ਉਹਨਾਂ ਨੂੰ ਜਦੋਂ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ, ਝਿੜਕਾਂ ਦਾ ਸਾਹਮਣਾ ਕਰਨਾ ਪੈਂਦਾ, ਉਹ ਬੁੜਿਆ ਕਿੱਧਰ ਮੂੰਹ ਚੱਕਿਆ ਬੁੱਧਵਾਰ ਨੂੰ ਆਈ, ਉਹ ਬੁੱਧਵਾਰ ਹੀ ਨਹੀਂ ਕਦੇ ਆਉਂਦਾ ਯਾਰ, ਉਹ ਬੁੱਧਵਾਰ, ਉਹ ਵੀਰਵਾਰ, ਉਹ ਮੰਗਲਵਾਰ ਆਈ ਨਹੀਂ ਕਦੇ। ਬਹੁਤ ਵਾਰੀ ਮੈਂ ਮੇਰੇ ਦਾਦੇ ਨੂੰ ਸ਼ਹਿਰ ਜਾਂਦੇ ਦੇਖਿਆ, ਫਿਰ ਵਾਪਸ ਆਉਂਦੇ ਦੇਖਿਆ, ਫਿਰ ਸ਼ਹਿਰ ਜਾਂਦੇ ਦੇਖਿਆ, ਫਿਰ ਵਾਪਸ ਆਉਂਦੇ ਦੇਖਿਆ। ਇੱਕ ਦਿਨ ਮੈਂ ਪੁੱਛ ਲਿਆ, ਦਾਦਾ ਜੀ ਬਾਬਾ ਕਹਿੰਦੇ ਸਾਡੇ ਮਲ ਵਿੱਚ, ਬਾਬਾ ਕਹਿੰਦੇ ਆ ਦਾਦਾ ਜੀ, ਮੈਂ ਕਿਹਾ ਬਾਬਾ ਕਿੱਥੇ ਜਾਂਦਾ ਹੁੰਦਾ ਰੋਜ਼ ਤੇ ਕਿੱਥੋਂ ਆ ਜਾਂਦਾ ਹੁੰਦਾ? ਉਹ ਕਹਿੰਦਾ ਤੈਨੂੰ ਨੀ ਪਤਾ ਪੁੱਤ ਕੰਮਾਂ ਦਾ, ਬਸ ਜੇ ਕੰਮ ਬਣ ਜੇ ਮੇਰਾ ਜੀਵਨ ਸੁਖੀ ਹੋ ਜੇ। ਮੈਂ ਕਿਹਾ ਵੀ ਪਤਾ ਨੀ ਕਿਹੜਾ ਕੰਮ ਹੈ। ਕੰਮ ਕੀ ਸੀਗਾ ਜੀ? ਫਰਦ ਕਢਾਉਣੀ ਸੀ। ਫਰਦ ਨੀ ਜ਼ਿੰਦਗੀਆਂ ਖਰਾਬ ਕਰ ਰੱਖੀਆਂ। ਅੱਜ ਸਭ ਤੋਂ ਵੱਧ ਮੈਂ ਫਰਦ ਕੇਂਦਰ ਤੇ ਗਿਆ, ਸਭ ਤੋਂ ਵੱਧ ਫਰਦ ਹੀ ਨਿਕਲ ਰਹੀਆਂ ਨੇ ਅੱਜ ਵੀ।
100 ਤੋਂ ਪਾਰ ਕਰੀ ਬੈਠੇ ਨੇ, ਬਾਕੀ ਕੋਈ 15 ਹੈ, ਕੋਈ 17 ਹੈ, ਕੋਈ 20 ਹੈ, ਕੋਈ 25 ਹੈ, ਫਰਦਾਂ 100। ਯਾਰ ਸਾਡੀ ਜ਼ਮੀਨ ਹੈ, ਸਾਨੂੰ ਤਾਂ ਉਹਦੇ ਕਾਗਜ਼ ਦੇ ਦੋ, ਕਿਸੇ ਹੋਰ ਦੀ ਫਰਦ ਮੰਗਦੇ ਆ? ਅੱਛਾ ਹੋਰ ਵਾਲੇ ਤਾਂ ਪਹਿਲੀ ਨੂੰ ਕੱਢ ਲੈਂਦੇ ਨੇ, ਨਜਾਇਜ਼ ਕਬਜ਼ੇ ਵਾਲਿਆਂ ਨੂੰ ਤਾਂ ਪਤਾ ਨੀ ਕਿੱਥੋਂ ਮਿਲ ਜਾਂਦੀਆਂ ਨੇ ਜਿਹੜੀਆਂ ਫਰਦਾਂ। ਹੁਣ ਅਸਲੀ ਮਾਲਕਾਂ ਨੂੰ ਫਰਦਾਂ ਮਿਲਣਗੀਆਂ, ਅਸਲੀ ਮਾਲਕਾਂ ਦੇ ਇੰਤਕਾਲ ਹੋਣਗੇ, ਅਸਲੀ ਮਾਲਕਾਂ ਦੀਆਂ ਤਕਸੀਮਾਂ ਹੋਣਗੀਆਂ। ਖੇਵਟਾਂ ਖਤੌਨੀਆਂ ਚ ਫਸਾ ਰੱਖਿਆ ਯਾਰ। ਸੋ ਅੱਜ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਹੋ ਰਿਹਾ ਅੱਜ ਜਗ੍ਹਾ ਜਗ੍ਹਾ ਤੇ। ਮੇਰੇ ਕੋਲ ਇੱਕ ਵੀਡੀਓ ਆਈ ਹੈ, ਮੋਗੇ ਕੋਲ ਇੱਕ ਮੁੰਡੇ ਦਾ ਵਿਆਹ ਸੀ, ਨੰਦ ਕਾਰਜ ਤੋਂ 2 ਘੰਟਿਆਂ ਦੇ ਵਿੱਚ ਡੀਸੀ ਨੇ ਉੱਥੇ ਹੀ ਜਾ ਕੇ ਨਾਲੇ ਸ਼ਗਨ ਦਿੱਤਾ ਤੇ ਨਾਲੇ ਵਿਆਹ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਦਿੱਤਾ। ਲੈ ਉਹ ਬਣਦਾ ਹੀ ਨਹੀਂ ਵਿਆਹ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ, ਕਦੇ ਮਾਮਾ ਨਹੀਂ ਆਇਆ, ਕਦੇ ਭੂਆ ਰੁੱਸ ਗਈ, ਕੀ ਕਰੀਏ ਹੁਣ? ਬੀਸੀ ਸਰਟੀਫਿਕੇਟ ਲੈਣਾ, ਕੁੜੀ ਬੀਸੀ ਹੈ, ਮੁੰਡਾ ਬੀਸੀ ਹੈ, ਸਰਟੀਫਿਕੇਟ ਲੈਣਾ ਪਰਸੋਂ ਨੂੰ ਆਈ ਕੱਲ ਨੂੰ ਹੀ ਉਹਦੀ ਐਡਮਿਸ਼ਨ ਦੀ ਡੇਟ ਲੰਘ ਜਾਂਦੀ ਉਹਨੇ ਚਰਚ। ਉਹ ਜਿਹੜਾ ਆਈ ਆਈ ਹੁੰਦਾ ਨਾ, ਅਸਲ ਚ ਆਈ ਆਈ ਨਹੀਂ ਹੁੰਦਾ, ਉਹ ਲਿਆਈ ਲਿਆਈ ਹੁੰਦਾ। ਅਸਲ ਚ ਆਈ ਜਿੰਨਾ ਮਰਜ਼ੀ ਜਾਓ ਉਹ ਨਹੀਂ, ਦੁਬਾਰੇ ਕਹੀ ਜਾਣਗੇ ਫਿਰ ਅੱਧੇ ਆਈ, ਫਿਰ ਅੱਧੇ ਆਈ, ਜਿੱਦੇ ਕੁਛ ਲਿਆਓਗੇ ਉਦੇ ਨਹੀਂ ਕਹਿੰਦੇ ਵੀ ਹੁਣ ਆਈ, ਕਹਿੰਦੇ ਬਹੁਤ ਹੋ ਗਿਆ ਕੰਮ ਤੇ। ਸੋ ਇਹ ਬੰਦ ਕਰਨਾ, ਕਾਹਦੇ ਮੁੱਖ ਮੰਤਰੀ ਬਣੇ ਫਿਰ ਜੇ ਕੁਛ ਲੋਕਾਂ ਵਾਸਤੇ ਕੀਤਾ ਹੀ ਨਹੀਂ? ਜੇ ਪਹਿਲਾਂ ਆਉਣਿਆ ਵਾਂਗੂ ਹੀ ਅਸੀਂ ਬਹਿ ਕੇ ਮੁੜ ਗਏ, ਫਿਰ ਕੀ ਫਾਇਦਾ ਹੋਇਆ ਜੀ? ਫਿਰ ਤਾਂ ਮੈਂ ਉਹੀ ਕੰਮ ਕਰ ਲੈਂਦਾ ਜਿਹੜਾ ਕਰੀ ਜਾਂਦਾ ਸੀ, ਉਹ ਕਿਹੜਾ ਮਾੜਾ ਕੰਮ ਸੀ? ਉਹ ਚ ਵੀ ਉਹ ਤਾਂ ਪੈਸੇ ਮਿਲਦੇ ਸੀ, ਉਹ ਚ ਤਾਂ ਤਾੜੀਆਂ ਪੈਂਦੀਆਂ ਸੀ, ਹੁਣ ਹਰੇਕ ਹੀ ਉੱਠ ਕੇ ਤੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦਾ। ਹੋ ਤੁਰੇ ਫਿਰਦੇ ਨੇ ਉਹ ਕੀ ਉਹਦਾ ਨਾਂ ਬਾਦਲ ਕੈਲਾ ਕੀ ਹੈ, ਸੁਖਬੀਰ ਬਾਦਲ, ਉਹ ਪਤਾ ਨੀ ਕਿੱਥੋਂ ਚੱਲਿਆ ਹੋਇਆ, ਕਹਿੰਦਾ ਪੰਜਾਬ ਬਚਾਉਣਾ। ਮੈਂ ਕਿਹਾ ਇੱਥੋਂ ਤਾਂ ਮਸਾਂ ਬਚਾਇਆ ਪਤੰਦਰਾਂ ਪਹਿਲਾਂ, ਕਿੰਨੇ ਲੋਕਾਂ ਦਾ ਭਲਾ ਹੋ ਗਿਆ ਜੀ ਜਿਹੜੇ ਵੱਡੇ ਹਸਪਤਾਲਾਂ ਜਾਣੋਂ ਹਟ ਗਏ। ਇਹਦੇ ਨਾਲ ਵੱਡੇ ਹਸਪਤਾਲਾਂ ਤੇ ਪ੍ਰੈਸ਼ਰ ਘੱਟ ਗਿਆ, ਉੱਥੇ ਡਾਕਟਰ ਜਿਹੜੇ ਨੇ ਉਹ ਜ਼ਿਆਦਾ ਟਾਈਮ ਦੇਖਣ ਲੱਗ ਗਏ ਕਿਸੇ ਮਰੀਜ਼ ਨੂੰ। ਕਿੰਨਾ ਫਾਇਦਾ ਹੁੰਦਾ ਜੀ, ਗਾਹਾਂ ਦੀ ਗਾਹਾਂ, ਗਾਹਾਂ ਦੀ ਗਾਹਾਂ। ਇਹ ਵਿਜ਼ਨ ਕਦੇ ਬਣਾਇਆ ਕਿਤੇ ਇਹਨਾਂ ਨੇ, ਕਦੇ ਕੈਪਟਨ ਨੇ ਜਾਂ ਇਹਨਾਂ ਨੇ ਬਾਦਲ ਹੋਰਾਂ ਨੇ, ਸੁਖਬੀਰ ਬਾਦਲ ਹੋਰਾਂ ਨੇ, ਜਦੋਂ ਦੇਖੋ ਆਹ ਸਮੋਸਿਆਂ ਦੀ ਰੇਹੜੀ ਚੱਲਦੀ ਹੈ ਦੱਬ ਲਓ, ਉਹ ਪਲਾਟ ਜਾ ਪਿਆ ਦੱਬ ਲਓ, ਆ ਇੱਥੇ ਇਹਨਾਂ ਨੇ ਕਲੋਨੀ ਕੱਟਤੀ ਦੱਬ ਲਓ, ਨਾਲ ਲੈ ਜਾਓਗੇ? ਜਾਂ ਫਿਰ ਇਹ ਦਿਖਾਓ ਮੈਨੂੰ ਸਰਟੀਫਿਕੇਟ ਦਿਖਾਓ ਵੀ ਧਰਮਰਾਜ ਨਾਲ ਗੱਲ ਹੋ ਗਈ ਵੀ ਤੁਹਾਡੇ ਵਾਲੇ ਪੈਸੇ ਉੱਪਰ ਆ ਸਕਦੇ ਨੇ ਨਾਲ। ਇੱਕ ਹੋਰ ਅੱਜ ਖੁਸ਼ਖਬਰੀ ਦੀ ਗੱਲ ਹੈ, ਅੱਜ ਹੀ ਤਾਂ ਜਿੰਨੀਆਂ ਵੀ ਰਜਿਸਟਰੀਆਂ ਹੋਣਗੀਆਂ, ਜਿਸ ਕਿਸਮ ਦੀਆਂ ਰਜਿਸਟਰੀਆਂ ਹੋਣਗੀਆਂ, ਸਾਰਿਆਂ ਤੋਂ ਐਨਓਸੀ ਖਤਮ। ਪਰ ਅੱਗੇ ਤੋਂ ਕੋਈ ਇਲੀਗਲ ਕਲੋਨੀ ਨਹੀਂ ਅਸੀਂ ਬਣ ਦੇਣੀ। ਹੁਣ ਕੀ ਕਰਦੇ ਕਲੋਨੀਆਂ ਬਣਾਉਣ ਵਾਲੇ, ਕਲੋਨੀ ਬਣਾ ਕੇ ਤੁਹਾਨੂੰ ਵੇਚ ਕੇ ਆਪ ਭੱਜ ਜਾਂਦੇ ਨੇ, ਤੁਹਾਨੂੰ ਲੀਡਰਾਂ ਦੇ ਬੱਸ ਪਾ ਜਾਂਦੇ ਨੇ ਵੀ ਦਿਓ ਧਰਨਾ ਇੱਥੇ ਸੀਵਰੇਜ ਪਾਓ ਜੀ, ਕਲੋਨੀ ਇਲੀਗਲ ਹੈ, ਦਿਓ ਧਰਨਾ ਇੱਥੇ ਬਿਜਲੀ ਪਾਓ ਦਿਓ ਜੀ, ਦਿਓ ਧਰਨਾ ਮੀਟਰ ਨਹੀਂ ਲੱਗ ਰਹੇ। ਠੀਕ ਹੈ, ਤੂੰ ਪਹਿਲਾਂ ਜੋ ਕਰਕੇ ਕਰਕੇ, ਇਲੀਗਲ ਕਲੋਨੀ ਨਹੀਂ ਸੀ ਕੱਟਣ ਦੇਣੀ, ਪਰ ਜਿਹੜੇ ਪਹਿਲਾਂ ਕਲੋਨੀਆਂ ਚ ਪਲਾਟ ਲੈ ਗਏ, ਗਰੀਬ ਲੈ ਗਏ, ਕੋਈ ਪੈਸਾ ਥੋੜਾ ਤਾਂ ਪੈਸਾ ਲੱਗ ਗਿਆ ਨਾ, ਤਾਂ ਅਸੀਂ ਉਸ ਪੈਸੇ ਦਾ ਮੁੱਲ ਪਾਉਣ ਲੱਗਿਆ। ਕੋਈ ਗੱਲ ਨੀ, ਦੋ ਚਾਰ ਪੰਜ ਦਸ ਪੰਜਾਹ ਸੌ ਕਲੋਨੀ ਵਾਲਿਆਂ ਨੂੰ ਵੀ ਫਾਇਦਾ ਹੋ ਜੂ, ਮੇਰੀ ਇਲੀਗਲ ਕਲੋਨੀ ਵਿਕ ਗਈ, ਚਲੋ ਕੋਈ ਨੀ, ਖੁਸ਼ ਹੋ ਲਏ, 5 ਦਿਨ 10 ਦਿਨ ਮਹੀਨਾ 2 ਮਹੀਨੇ, ਅਗਲੀ ਵੀ ਕੱਟੂਗਾ ਫਿਰ।
ਆਉਣਾ ਤਾਂ ਫਿਰ ਪੁਲਾਂ ਦੇ ਹੇਠ ਹੀ ਹੈ ਪਾਣੀ ਨੇ ਨਾ, ਅਗਲੀ ਵਾਰੀ ਫਿਰ ਅਸੀਂ ਕਹਾਂਗੇ ਕਿ ਪਹਿਲਾਂ ਇੱਕ ਇਲੀਗਲ ਕੱਟੀ ਹੋਈ ਹੈ, ਪਹਿਲਾਂ ਵਾਲੀ ਦਾ ਹਿਸਾਬ ਕਰ ਪਹਿਲਾਂ। ਸੋ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਵੀ ਠੀਕ ਰੱਖਣਾ, ਕਾਨੂੰਨ ਵੀ ਸਹੀ ਰਹੂਗਾ। ਤੁਸੀਂ ਆਪਣਾ ਜੀਵਨ ਪੱਧਰ ਉੱਚਾ ਚੱਕੋ, ਆਪਣੇ ਬੱਚਿਆਂ ਨੂੰ ਪੜ੍ਹਾਓ, ਜਿੰਨਾ ਪੜ੍ਹਾਈ ਜਾਓਗੇ ਸਮਝ ਲਓ ਨੌਕਰੀਆਂ ਉਨੀਆਂ ਵੱਡੀਆਂ ਹੋਈ ਜਾਣਗੀਆਂ। ਇਹ ਹੋ ਨਹੀਂ ਸਕਦਾ ਕਿ 700 ਚੋਂ 680 ਨੰਬਰ ਲੈ ਕੇ ਤੁਹਾਡਾ ਬੱਚਾ ਇਸ ਕਰਕੇ ਨੌਕਰੀ ਤੋਂ ਵਾਂਝਾ ਰਹਿ ਗਿਆ ਕਿਉਂਕਿ 650 ਵਾਲੇ ਦਾ ਜਾਂ 500 ਨੰਬਰਾਂ ਵਾਲੇ ਦਾ MLA ਜਾਣੂ ਸੀ ਜਾਂ ਮੰਤਰੀ ਜਾਣੂ ਸੀ ਜਾਂ ਉਹਦੇ ਕੋਲੇ ਪੈਸੇ ਸੀ, ਉਹਨੇ ਰਿਸ਼ਵਤ ਦੇ ਕੇ ਨੌਕਰੀ ਲੈ ਲਈ। 680 ਵਾਲੇ ਦਾ ਮਤਲਬ 680 ਵਾਲਾ ਤੁਹਾਡੇ ਘਰੇ ਚਿੱਠੀ ਆਊਗੀ, ਤੁਹਾਡੇ ਘਰੇ ਅਫਸਰ ਆਊਗਾ ਕਿ ਭਾਈ ਨੌਕਰੀ ਤੇਰਾ ਇੰਤਜ਼ਾਰ ਕਰੀ ਜਾਂਦੀ ਹੈ, ਆ ਜਾ ਭਾਈ ਉੱਠ ਕੇ ਇੰਟਰਵਿਊ।